ਜਦ ਵੀ ਕੋਈ ਮੂਵੀ ਅਨਾਊਂਸ ਹੁੰਦੀ ਹੈ ਜਾਂ ਫਿਰ ਉਸਦਾ ਕੋਈ ਪਹਿਲਾ ਪੋਸਟਰ ਰਿਲੀਜ਼ ਹੁੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਐਕਸਾਈਟਮੈਂਟ ਤੇ ਹੋ ਜਾਂਦੀ ਹੈ ਉਸ ਮੂਵੀ ਬਾਰੇ, ਪਰ ਸਾਨੂੰ ਸਾਰਿਆਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਉਸ ਮੂਵੀ ਵਿੱਚ ਕੀ ਕੁਝ ਦੇਖਣ ਨੂੰ ਮਿਲਣ ਵਾਲਾ ਹੈ। ਜੀ ਹਾਂ, ਕੁਝ ਇਸ ਤਰ੍ਹਾਂ ਹੀ ਹੋਇਆ ਸੀ ਸਾਡੇ ਨਾਲ ਮੂਵੀ ਪੋਸਤੀ ਦੇ ਪੋਸਟਰ ਨੂੰ ਦੇਖਣ ਤੋਂ ਬਾਅਦ। ਅਸੀਂ ਸਾਰਿਆਂ ਨੇ ਜਦ ਪੋਸਤੀ ਮੂਵੀ ਦੇ ਪੋਸਟਰ ਨੂੰ ਦੇਖਿਆ ਤੇ ਅਸੀਂ ਸਾਰੇ ਕਨਫਿਊਜ਼ ਹੋ ਗਏ ਸੀ ਕਿ ਇੰਨੇ ਸਾਰੇ ਕਰੈਕਟਰ ਨੇ ਸਾਨੂੰ ਇਸ ਮੂਵੀ ਵਿੱਚ ਕੀ ਕੁਝ ਦੇਖਣ ਨੂੰ ਮਿਲਣ ਵਾਲਾ ਹੈ, ਤੇ ਜਿਸ ਤਰ੍ਹਾਂ ਰਾਣਾ ਰਣਵੀਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਮੂਵੀ ਥੋੜੀ ਵੱਖਰੀ ਹੋਣ ਵਾਲੀ ਹੈ, ਕੀ ਕੁਝ ਵੱਖਰਾ ਹੋਵੇਗਾ ਇਸ ਮੂਵੀ ਵਿੱਚ, ਅਸੀਂ ਸਾਰੇ ਇਹਨਾਂ ਸਵਾਲਾਂ ਦੇ ਜਵਾਬ ਬਾਰ ਬਾਰ ਲੱਭ ਰਹੇ ਸੀ। ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਮਿਲ ਚੁੱਕਿਆ ਹੈ ਇਸ ਮੂਵੀ ਦੇ ਟੀਜ਼ਰ ਨੂੰ ਦੇਖਣ ਤੋਂ ਬਾਅਦ। ਜੀ ਹਾਂ, ਇਸ ਮੂਵੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਸਾਡੇ ਸਾਰਿਆਂ ਦੇ ਕਈ ਸਵਾਲਾਂ ਦੇ ਜਵਾਬ ਸਾਨੂੰ ਮਿਲ ਚੁੱਕੇ ਨੇ। ਇਸ ਮੂਵੀ ਦੇ ਟੀਜ਼ਰ ਵਿੱਚ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ, ਆਪਾਂ ਇਸ ਬਾਰੇ ਵੀ ਗੱਲਾਂ ਕਰਾਂਗੇ। ਪਹਿਲਾਂ ਤੁਸੀਂ ਚੈੱਕ ਕਰ ਲਓ ਪੋਸਟ ਦੀ ਮੂਵੀ ਦੇ ਆਫੀਸ਼ੀਅਲ ਟੀਜ਼ਰ ਦੇ ਕੁਝ ਇੰਟਰਸਟਿੰਗ ਸਕਰੀਨਸ਼ਾਟਸ ਨੂੰ। ਰਾਣਾ ਰਣਵੀਰ, ਜਿਨ੍ਹਾਂ ਦਾ ਫਿਲਮ ਵਿੱਚ ਨਾਮ ਕਾਕਾ ਹੈ, ਤੇ ਰਘਵੀਰ ਬੋਲੀ, ਜਿਨ੍ਹਾਂ ਦਾ ਫਿਲਮ ਵਿੱਚ ਨਾਮ ਸੋਨੀ ਹੈ, ਬੱਬਲ ਰਾਏ, ਜਿਨ੍ਹਾਂ ਦਾ ਕਰੈਕਟਰ ਦਾ ਨੇਮ ਹੈ ਜੀਵਾ, ਵੱਡਾ ਗਰੇਵਾਲ, ਜਿਨ੍ਹਾਂ ਦਾ ਕਰੈਕਟਰ ਦਾ ਨਾਮ ਹੈ ਤੋਤੀ, ਸੁਰਲੀ ਗੌਤਮ, ਜਿਨ੍ਹਾਂ ਦੇ ਕਰੈਕਟਰ ਦਾ ਨਾਮ ਹੈ ਜੀਵਨ। ਇਹਨਾਂ ਤੋਂ ਇਲਾਵਾ ਸਾਨੂੰ ਇਸ ਮੂਵੀ ਵਿੱਚ ਬਹੁਤ ਸਾਰੇ ਕਰੈਕਟਰਸ ਨਜ਼ਰ ਆਉਣ ਵਾਲੇ ਨੇ, ਤੇ ਇਸ ਮੂਵੀ ਦੇ ਟੀਜ਼ਰ ਨੂੰ ਦੇਖਣ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਇਹ ਮੂਵੀ ਕਾਫੀ ਜ਼ਿਆਦਾ ਸੁਪਰ ਜਾਣ ਵਾਲੀ ਤੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਛੂ ਜਾਣ ਵਾਲੀ ਹੈ। ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਇੱਕ ਯੂਨੀਕ ਸਟੋਰੀ ਹੋਣ ਵਾਲੀ ਹੈ, ਜਿਸ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ ਰਾਣਾ ਰਣਵੀਰ ਵੱਲੋਂ, ਤੇ ਉੱਥੇ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ ਗਿੱਪੀ ਗਰੇਵਾਲ ਨੇ ਤੇ ਰਵਨੀਤ ਕੌਰ ਗਰੇਵਾਲ ਨੇ। ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਮੂਵੀ ਨੂੰ ਪ੍ਰੈਜੈਂਟ ਕਰ ਰਹੇ ਨੇ ਹੰਬਲ ਮੋਸ਼ਨ ਪਿਕਚਰਸ, ਤੇ ਇਸ ਮੂਵੀ ਦਾ ਟੀਜ਼ਰ ਵੀ ਹੰਬਲ ਮੋਸ਼ਨ ਪਿਕਚਰਸ ਤੇ ਹੀ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਮੂਵੀ ਵਿੱਚ ਸਾਨੂੰ ਕਈ ਸਿੰਗਰਸ ਦੇ ਗਾਣੇ ਸੁਣਨ ਨੂੰ ਮਿਲਣ ਵਾਲੇ ਨੇ, ਜਿਵੇਂ ਕਿ ਜੈਜ਼ੀ ਬੀ, ਗਿੱਪੀ ਗਰੇਵਾਲ, ਬੱਬਲ ਰਾਏ, ਰਾਹਤ ਫਤਿਹ ਅਲੀ ਖਾਨ ਅਤੇ ਅਫਸਾਨਾ ਖਾਨ। ਇਸ ਤੋਂ ਇਲਾਵਾ ਸਾਨੂੰ ਇਸ ਮੂਵੀ ਵਿੱਚ ਮਿਊਜ਼ਿਕ ਸੁਣਨ ਨੂੰ ਮਿਲਣ ਵਾਲਾ ਹੈ ਦੇਸੀ ਰੂਟਸ, ਜੇ ਕੇ ਅਤੇ ਲੇਟ ਸੋ ਰਾਮਗੜੀਆ ਦਾ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਮੂਵੀ ਨੂੰ ਅਸੀਂ ਇੰਜੋਏ ਕਰਨ ਵਾਲੇ ਹਾਂ ਸਿਨੇਮਾ ਘਰਾਂ ਦੇ ਵਿੱਚ 20th March ਨੂੰ। ਸੋ ਮੈਂ ਤਾਂ ਬਹੁਤ ਐਕਸਾਈਟਡ ਹਾਂ ਪੋਸਟ ਦੀ ਮੂਵੀ ਨੂੰ ਦੇਖਣ ਲਈ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿੱਥੇ ਅਸੀਂ ਸਾਰਿਆਂ ਨੇ ਹੁਣ ਇਸ ਮੂਵੀ ਦਾ ਟੀਜ਼ਰ ਇੰਜੋਏ ਕੀਤਾ, ਮੈਨੂੰ ਇਹ ਵੀ ਉਮੀਦ ਹੈ ਕਿ ਜਲਦੀ ਅਸੀਂ ਸਾਰੇ ਇਸ ਮੂਵੀ ਦਾ ਟ੍ਰੇਲਰ ਵੀ ਇੰਜੋਏ ਕਰਾਂਗੇ ਤੇ ਇਸ ਮੂਵੀ ਦੇ ਗਾਣਿਆਂ ਨੂੰ ਵੀ ਖੂਬ ਪਿਆਰ ਦੇਵਾਂਗੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਮੂਵੀ ਵਿੱਚ ਸਾਨੂੰ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਪ੍ਰਿੰਸ ਕਵਲਜੀਤ, ਜਿਨ੍ਹਾਂ ਨੂੰ ਅਸੀਂ ਰੀਸੈਂਟਲੀ ਦੇਖਿਆ ਵਾਰਨਿੰਗ ਵੈਬ ਸੀਰੀਜ਼ ਦੇ ਵਿੱਚ। ਜੀ ਹਾਂ, ਵਾਰਨਿੰਗ ਵੈਬ ਸੀਰੀਜ਼ ਦਾ ਪਹਿਲਾ ਐਪੀਸੋਡ ਰਿਲੀਜ਼ ਹੋ ਚੁੱਕਿਆ ਹੈ ਤੇ ਪਹਿਲੇ ਐਪੀਸੋਡ ਨੇ ਹੀ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵੈਬ ਸੀਰੀਜ਼ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ ਤੇ ਉੱਥੇ ਹੀ ਇਸ ਵੈਬ ਸੀਰੀਜ਼ ਨੂੰ ਬੜੇ ਹੀ ਕੈਂਟ ਤਰੀਕੇ ਨਾਲ ਡਾਇਰੈਕਟ ਵੀ ਕੀਤਾ ਗਿਆ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਪੋਸਟ ਦੀ ਮੂਵੀ ਸੁਪਰ ਹਿੱਟ ਜਾਵੇਗੀ, ਉਸੇ ਤਰ੍ਹਾਂ ਅਸੀਂ ਸਾਰੇ ਵਾਰਨਿੰਗ ਦੇ ਸਾਰੇ ਐਪੀਸੋਡਸ ਨੂੰ ਵੀ ਪਿਆਰ ਦੇਵਾਂਗੇ ਤੇ ਜਿਸ ਤਰ੍ਹਾਂ ਅਸੀਂ ਸਾਰੇ ਉਡੀਕ ਕਰ ਰਹੇ ਹਾਂ ਵਾਰਨਿੰਗ ਦੇ ਸੈਕਿੰਡ ਐਪੀਸੋਡ ਦੀ, ਮੈਨੂੰ ਇਹ ਵੀ ਉਮੀਦ ਹੈ ਕਿ ਜਲਦ ਹੀ ਵਾਰਨਿੰਗ ਦਾ ਸੈਕਿੰਡ ਐਪੀਸੋਡ ਵੀ ਰਿਲੀਜ਼ ਹੋ ਜਾਵੇਗਾ। ਸੋ ਮੈਂ ਤਾਂ ਜਿੰਨੀ ਉਤਸੁਕ ਸੀ ਪੋਸਟ ਦੀ ਮੂਵੀ ਨੂੰ ਦੇਖਣ ਲਈ, ਮੇਰੀ ਐਕਸਾਈਟਮੈਂਟ ਉੱਥੇ ਹੋਰ ਵੱਧ ਗਈ ਇਸ ਮੂਵੀ ਦੇ ਟੀਜ਼ਰ ਨੂੰ ਦੇਖਣ ਤੋਂ ਬਾਅਦ। ਮੈਨੂੰ ਤਾਂ ਇਸ ਮੂਵੀ ਦਾ ਟੀਜ਼ਰ ਬੇਹੱਦ ਹੀ ਪਸੰਦ ਆਇਆ। ਤੁਹਾਨੂੰ ਕਿਹੋ ਜਿਹਾ ਲੱਗਾ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com, press the bell icon to never miss a video from Gabru.